ਮਨਕੀਰਤ ਔਲਖ ਦੇ ਪਰਿਵਾਰ ਦੇ ਵਿੱਚ ਆਈਆਂ ਖੁਸ਼ੀਆਂ। ਮਨਕੀਰਤ ਔਲਖ ਦੇ ਘਰ ਲਿੱਤਾ ਦੋ ਬੱਚੀਆਂ ਨੇ ਜਨਮ। ਜੀ ਹਾਂ, ਸੋਸ਼ਲ ਮੀਡੀਆ ਦੇ ਉੱਪਰ ਅੱਜ ਮਨਕੀਰਤ ਔਲਖ ਵੱਲੋਂ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਸਾਂਝਾ ਕੀਤੀ ਗਈ ਫੈਨਸ ਦੇ ਨਾਲ। ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਐਸੇ ਆਰਟਿਸਟ ਨੇ ਜੋ ਕਿ ਆਪਣੀਆਂ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰਦੇ ਨੇ, ਤੇ ਅੱਜ ਮਨਕੀਰਤ ਔਲਖ ਕਰ ਲਿਆ ਦੋ ਜੁੜਵਾ ਬੱਚੀਆਂ ਨੇ ਜਨਮ, ਤੇ ਉਹਨਾਂ ਦੀ ਖੂਬਸੂਰਤ ਜਿਹੀ ਵੀਡੀਓ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਤੇ ਸਾਂਝਿਆ ਕਰਕੇ ਆਪਣੇ ਫੈਨਸ ਨਾਲ ਆਪਣੀ ਇਸ ਖੁਸ਼ੀ ਨੂੰ ਵੰਡਿਆ। ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕਰਦੇ ਲਿਖਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। With the blessings of Vaheguru, I am blessed with two twin daughters. Best feeling ever. Vaheguru meher karyo. ਇਸ ਪੋਸਟ ਦੇ ਰਾਹੀਂ ਉਹਨਾਂ ਨੇ ਆਪਣੇ ਫੈਨਸ ਨੂੰ ਦੱਸਿਆ ਕਿ ਉਹਨਾਂ ਦੇ ਘਰ ਦੋ ਨੰਨੀਆਂ ਪਰੀਆਂ ਆਈਆਂ ਨੇ, ਤੇ ਉਹਨਾਂ ਦਾ ਘਰ ਹੁਣ ਖੁਸ਼ੀਆਂ ਨਾਲ ਭਰ ਗਿਆ ਹੈ, ਤੇ ਉਹਨਾਂ ਦੇ ਫੈਮਿਲੀ ਹੋ ਗਈ ਹੈ ਕੰਪਲੀਟ। ਤੁਹਾਨੂੰ ਦੱਸ ਦਈਏ ਕਿ ਦੋ ਜੁੜਵਾ ਕੁੜੀਆਂ ਤੋਂ ਪਹਿਲਾਂ ਮਨਕੀਰਤ ਔਲਖ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਸੀ, ਤੇ ਉਸਦਾ ਨਾਮ ਹੈ ਗੁਰ ਇਮਤਿਆਜ਼। ਤੇ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਪਰ ਮਨਕੀਰਤ ਔਲਖ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ, ਔਰ ਮਨਕੀਰਤ ਔਲਖ ਦੇ ਬੇਟੇ ਦੀਆਂ ਕਿਊਟ ਕਿਊਟ ਹਰਕਤਾਂ ਨੂੰ ਫੈਨਸ ਬੇਹੱਦ ਜ਼ਿਆਦਾ ਪਸੰਦ ਕਰਦੇ ਨੇ ਤੇ ਪਿਆਰ ਕਰਦੇ ਨੇ। ਇੱਥੇ ਤੁਹਾਨੂੰ ਦੱਸ ਦਈਏ ਕਿ ਮਨਕੀਰਤ ਔਲਖ ਜਿੱਥੇ ਖੁਦ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਹਿੰਦੇ ਨੇ, ਉੱਥੇ ਹੀ ਉਹਨਾਂ ਦੇ ਬੇਟੇ ਦਾ ਵੀ ਅਕਾਊਂਟ ਸੋਸ਼ਲ ਮੀਡੀਆ ਦੇ ਉੱਪਰ ਹੈ ਗੁਰ ਇਮਤਿਆਜ਼ ਔਲਖ ਦੇ ਨਾਮ ਤੋਂ। ਤੇ ਗੁਰ ਇਮਤਿਆਜ਼ ਵੀ ਆਪਣੀ ਕਿਊਟ ਜਿਹੀਆਂ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸਾਂਝਾ ਕਰਦਾ ਰਹਿੰਦਾ ਹੈ, ਔਰ ਹਮੇਸ਼ਾ ਆਪਣੇ ਪਾਪਾ ਦੇ ਨਾਲ ਤੇ ਪਾਪਾ ਦੇ ਯਾਰਾਂ ਦੋਸਤਾਂ ਦੇ ਨਾਲ ਇੰਜੋਏ ਕਰਦੇ ਨਜ਼ਰ ਆਉਂਦੇ ਨੇ। ਅਕਸਰ ਕਹਿੰਦੇ ਨੇ ਕਿ ਉਹ ਘਰ ਪੂਰਾ ਹੋ ਜਾਂਦਾ ਹੈ ਜਿਸ ਘਰ ਦੇ ਵਿੱਚ ਕੁੜੀ ਦਾ ਕਦਮ ਪੈ ਜਾਂਦਾ ਹੈ। ਤੇ ਵੈਲ, ਮਨਕੀਰਤ ਔਲਖ ਦੇ ਘਰ ਤੇ ਦੋ ਦੋ ਕੁੜੀਆਂ ਨੇ ਜਨਮ ਲਿਆ ਹੈ, ਤੇ ਇਟ ਮੀਨਸ ਮਨਕੀਰਤ ਔਲਖ ਦੀ ਜ਼ਿੰਦਗੀ ਦੇ ਵਿੱਚ ਢੇਰ ਸਾਰੀਆਂ ਖੁਸ਼ੀਆਂ ਆਉਣਗੀਆਂ। ਜਿੱਥੇ ਮਨਕੀਰਤ ਔਲਖ ਹਮੇਸ਼ਾ ਆਪਣੇ ਬੱਚਿਆਂ ਰਿਲੇਟਿਡ ਨਿਊਜ਼ ਤੇ ਬੱਚਿਆਂ ਦੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ, ਉੱਥੇ ਹੀ ਕਦੀ ਵੀ ਕਿਸੇ ਨੇ ਮਨਕੀਰਤ ਔਲਖ ਦੀ ਪਤਨੀ ਨੂੰ ਹੁਣ ਤੱਕ ਨਹੀਂ ਵੇਖਿਆ। ਵੈਲ, ਕੀ ਤੁਸੀਂ ਵੀ ਸਾਡੇ ਵਾਂਗ ਐਕਸਾਈਟਿਡ ਹੋ ਕਿ ਮਨਕੀਰਤ ਔਲਖ ਆਪਣੀ ਪਤਨੀ ਦੇ ਨਾਲ ਵੀ ਫੋਟੋਜ਼ ਜਾਂ ਵੀਡੀਓਜ਼ ਸਾਂਝੇ ਕਰਨ? ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ, ਕਿਉਂਕਿ ਮਨਕੀਰਤ ਔਲਖ ਦਾ ਹੁਣ ਪਰਿਵਾਰ ਪੂਰਾ ਹੋ ਗਿਆ, ਤੇ ਅਸੀਂ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਮਨਕੀਰਤ ਔਲਖ ਆਪਣੇ ਫੈਨਸ ਦੇ ਨਾਲ ਇੱਕ ਬਿਊਟੀਫੁਲ ਫੈਮਿਲੀ ਪਿਕਚਰ ਸਾਂਝਾ ਕਰਨਗੇ। ਵੈਲ, ਅਸੀਂ ਬਹੁਤ ਸਾਰੀ ਵਧਾਈ ਦਿੰਦੇ ਹਾਂ ਪੂਰੇ ਔਲਖ ਪਰਿਵਾਰ ਨੂੰ ਕਿ ਪਰਮਾਤਮਾ ਦੋਨੋਂ ਸੋਹਣੀਆਂ ਬੱਚਿਆਂ ਨੂੰ ਬਹੁਤ ਸੋਹਣੀ ਜ਼ਿੰਦਗੀ ਦੇਵੇ, ਤੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੇ ਪਿਓ ਹਮੇਸ਼ਾ ਆਪਣੀ ਧੀਆਂ ਨੂੰ ਪੁੱਤਰਾਂ ਨੂੰ ਲਾਡ ਲੜਾਉਂਦੇ ਰਹਿਣ। ਵੈਲ, ਅੱਜ ਦੇ ਲਈ ਇੰਨਾ ਹੀ, ਜਲਦੀ ਮੁੜ ਕੇ ਹਾਜ਼ਰ ਹੁੰਦੇ ਹਾਂ, ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ।